ਗੁਰਮੁਖ ਸਾਹਿਬ, ਕਿਉਂਕਿ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀਗਾ, ਉਹਦੇ ਵਿੱਚ ਤੁਸੀਂ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੇ ਸੀਗੇ, ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ, ਕਿੰਨੇ ਲੋਕ ਇਹਦੇ ਵਿੱਚ ਕਾਬੂ ਕੀਤੇ? ਇਸ ਤਰ੍ਹਾਂ ਜੀ, ਅਸੀਂ ਮਾਨਯੋਗ DGP SSP ਸਾਹਿਬ ਮੈਡਮ ਦੇ ਹੁਕਮ ਅਨੁਸਾਰ ਕਾਫੀ ਦਿਨਾਂ ਤੋਂ ਜਿਹੜਾ ਇਮੀਗ੍ਰੇਸ਼ਨ ਦੀ ਇੱਥੇ ਕੰਪਨੀਆਂ ਚੱਲ ਰਹੀਆਂ, ਸੈਕਟਰ 17, 22 ਅਤੇ ਹੋਰ ਸੈਕਟਰਾਂ 'ਚ ਦੇ ਵਿੱਚ ਵੀ ਉਹਦੇ ਜਿੰਨਾ ਕਾਫੀ ਕੰਪਲੇਂਟਾਂ ਆ ਰਹੀ ਸੀਗੀਆਂ, ਉਹਦੇ ਸੰਬੰਧ ਵਿੱਚ ਅਸੀਂ ਅਲੱਗ ਅਲੱਗ ਕੰਪਨੀ ਦੇ ਜਿੰਨੇ ਵੀ ਇਹਨਾਂ ਨੇ ਠੱਗੀ ਠੋਰੀ ਕੀਤੀ ਸੀ ਪਰਚੇ ਦਰਜ ਕੀਤੇ ਹੋਏ ਆ। ਲਗਭਗ ਸਾਡੇ 17 ਚੋਂ 50 ਪਰਚੇ ਆ, ਸੈਕਟਰ 3 'ਚ ਵੀ ਇਸੇ ਤਰ੍ਹਾਂ 25-30 ਪਰਚੇ ਹੈਗੇ ਆ, ਅਤੇ ਇਸ ਨੂੰ ਅਸੀਂ ਸਪੈਸ਼ਲ ਅਭਿਆਨ ਇੱਕ ਚਲਾਇਆ ਹੋਇਆ, ਅਤੇ ਸਾਰੇ ਬੰਦਿਆਂ ਨੂੰ ਅਸੀਂ ਅਰੈਸਟ ਕਰ ਰਹੇ ਹਾਂ। ਇਸੇ ਕਾਮਯਾਬੀ ਸਾਨੂੰ ਜਿਹੜੀ ਮਿਲੀ ਹੈ, ਕੱਲ੍ਹ ਅਸੀਂ 2 ਬੰਦੇ ਜਿਹੜੇ ਮਾਈ ਇਮੀਗ੍ਰੇਸ਼ਨ ਕੰਪਨੀ ਦੇ ਸੀਗੇ, ਅਮਿਤ ਸ਼ਰਮਾ ਇੱਕ, ਅਮਿਤ ਅਰੋੜਾ ਅਤੇ ਦੂਜਾ ਹੈ ਵਿਕਾਸ ਸ਼ਰਮਾ, ਇਹ ਦੋਨੇ ਪਾਰਟਨਰ ਹੈਗੇ ਆ। ਇਹ ਕਾਫੀ ਸਾਲਾਂ ਤੋਂ ਇੱਥੇ ਸੈਕਟਰ 17 ਦੇ ਵਿੱਚ ਆ, ਮਾਈ ਇਮੀਗ੍ਰੇਸ਼ਨ ਦੇ ਨਾਂ 'ਤੇ ਜਿਹੜਾ ਇਮੀਗ੍ਰੇਸ਼ਨ ਕੰਪਨੀ ਚਲਾ ਰਹੇ ਸੀਗੇ, ਅਤੇ ਲਗਭਗ ਇਹਨਾਂ ਦੇ ਖਿਲਾਫ਼ 5 ਕੇਸ ਰਜਿਸਟਰ ਹੋ ਚੁੱਕੇ ਸੀਗੇ, ਜੋ ਕੁੱਲ ਮਿਲਾ ਕੇ 5.5-6 ਕਰੋੜ ਦਾ ਜਿਹੜਾ ਇਹਨਾਂ ਨੇ ਜਿਹੜੀ ਮੈਜਰਮੈਂਟ ਕੀਤੀ ਹੈ। ਅਲੱਗ ਅਲੱਗ ਜਿਹੜੇ ਭੋਲੇ ਭਾਲੇ ਲੋਕ ਸੀਗੇ ਪਿੰਡਾਂ ਦੇ ਵਿੱਚ, ਪੰਜਾਬ ਦੇ, ਹਰਿਆਣੇ ਦੇ, ਹੋਰ ਸਟੇਟਾਂ ਦੇ ਵੀ, ਉਹਨਾਂ ਨੇ ਇਹਨਾਂ ਨੇ ਠੱਗੀ ਮਾਰੀ ਹੈ, ਅਤੇ ਇਹਨਾਂ ਦੇ ਨਾਲ ਚੀਟਿੰਗ ਵੀ ਕੀਤੀ ਹੈ, ਫੌਰਜ ਡਾਕੂਮੈਂਟ ਵੀ ਬਣਾ ਕੇ ਵੀ ਉਹਨਾਂ ਦੇ ਨਾਲ ਧੋਖਾ ਕੀਤਾ ਹੈ, ਅਤੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਕੱਲ੍ਹ ਅਸੀਂ ਅਦਾਲਤ ਦੇ ਵਿੱਚ ਪੇਸ਼ ਕੀਤਾ, 2 ਦਿਨ ਦੇ ਰਿਮਾਂਡ 'ਤੇ 30,000 ਜਾਰੀ ਸਰ। ਅਤੇ ਸਰ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਏ ਕਿੰਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੋਣਾ, ਜੇ ਆਪਾਂ ਗੱਲ ਕਰੀਏ ਕਿਤੇ? ਲਗਭਗ 50 ਬੰਦੇ ਹੈਗੇ ਆ, ਜਿਹੜੇ 45-50 ਦੇ ਵਿੱਚ ਸਾਡੇ ਕੋਲ ਕੰਪਲੇਂਟਾਂ ਆਈਆਂ ਸੀਗੀਆਂ, ਅਸੀਂ ਉਹਨਾਂ ਦੀ ਸਾਰਿਆਂ ਦੇ ਪਰਚੇ ਦਰਜ ਕੀਤੇ ਆ, ਸਾਰਿਆਂ ਦੇ ਸਟੇਟਮੈਂਟਾਂ ਲਿਖੀਆਂ ਕੀਤੀਆਂ। ਇਹ ਭਗੌੜੇ ਹੋਏ ਸੀ ਕਾਫੀ ਦਿਨਾਂ ਤੋਂ, ਸਾਡੇ ਅਸੀਂ ਸਾਡੀ ਜੁਆਇੰਟ ਟੀਮ ਸੀਗੀ, ਸਾਡੀ DCC ਦੀ ਟੀਮ ਅਤੇ ਸਾਡੇ ਥਾਣੇ ਦੀ ਟੀਮ ਨੇ ਇਕੱਠੇ ਮਿਲ ਕੇ ਜਿਹੜੇ ਅਸੀਂ ਇਹਨਾਂ ਦੇ ਪਿੱਛੇ ਲੱਗੇ ਹੋਏ ਸੀਗੇ। ਸਾਨੂੰ ਪਰਸੋਂ ਰਾਤ ਨੂੰ ਕਾਮਯਾਬੀ ਮਿਲੀ, ਅਸੀਂ ਇਹਨਾਂ ਨੂੰ ਦਿੱਲੀ ਤੋਂ ਅਰੈਸਟ ਕੀਤਾ ਹੈਗਾ ਅਤੇ ਲਿਆ ਕੇ ਅਸੀਂ ਪੁੱਛਗਿੱਛ ਕਰ ਰਹੇ ਹਾਂ। ਕੋਈ ਰਿਕਵਰੀ ਵਗੈਰਾ ਹੋਈ ਹਜੇ ਤੱਕ? ਦੇਖੋ, ਹਲੇ ਪੈਸੇ ਦੀ ਕੋਈ ਰਿਕਵਰੀ ਤਾਂ ਨਹੀਂ ਹੋਈ, ਕਿਉਂਕਿ ਅਸੀਂ ਇਹਨਾਂ ਦੇ ਅਕਾਊਂਟਸ ਵਗੈਰਾ, ਡਿਟੇਲ ਵਗੈਰਾ ਸਾਰੀਆਂ ਲੈ ਰਹੇ ਹਾਂ, ਇਹਨਾਂ ਦੀ ਕਾਲ ਡਿਟੇਲ ਵੀ ਲੈ ਰਹੇ ਹਾਂ, ਅਤੇ ਇਹਨਾਂ ਦੀ ਜੋ ਗੱਡੀਆਂ ਸੀਗੀ, ਵਹੀਕਲ ਹੈਗੀਆਂ, ਉਹਨਾਂ ਨੂੰ ਗੱਡੀ ਸੀਜ਼ ਕੀਤੀ ਹੈ, ਅਤੇ ਹੋਰ ਵੀ ਜੋ ਇਹਨਾਂ ਕੋਲ ਪ੍ਰੋਪਰਟੀ ਬਣਾਈ ਹੈ ਉਹਨਾਂ ਦਾ ਵੀ ਅਸੀਂ ਐਨਾਲਿਸਿਸ ਕਰ ਰਹੇ ਹਾਂ। ਕੋਈ ਪਾਸਪੋਰਟ ਵਗੈਰਾ ਵੀ ਫੇਕ ਵਗੈਰਾ ਬਣਾਉਂਦੇ ਸੀ, ਇਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਆਈ ਹੈ? ਅਸੀਂ ਇੱਥੇ ਦਫ਼ਤਰ 'ਚ ਅੱਜ ਰੇਡ ਕਰ ਰਹੇ ਹਾਂ, ਸਾਡੀ ਟੀਮ ਗਈ ਹੋਈ ਹੈ, ਉਹ ਮੈਂ ਬਾਅਦ 'ਚ ਦੱਸ ਪਾਵਾਂਗਾ ਕੀ ਹੈਗਾ ਕੀ ਨਹੀਂ ਮਿਲਿਆ। ਬਾਕੀ ਜੋ ਵੀ ਹੋਏਗਾ ਸਾਰਾ ਅਸੀਂ ਡਿਟੇਲ ਦੇ ਵਿੱਚ ਸਾਰੀ ਇਨਕੁਆਇਰੀ ਕਰਕੇ ਦੁੱਧ ਪਾਣੀ ਦਾ ਪਾਣੀ ਕੱਢਾਂਗੇ। ਤੇ ਬਿਲਕੁਲ, ਜਿੱਦਾਂ ਸਰ ਨੇ ਦੱਸਿਆ ਕਿ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ, ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ, ਦਿੱਲੀ ਤੋਂ ਇਹਨਾਂ ਨੂੰ ਕਾਬੂ ਕੀਤਾ, ਔਰ ਪਿਛਲੇ ਕਈ ਦਿਨਾਂ ਤੋਂ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਸਾਹਮਣੇ ਆ ਰਹੇ ਸੀ, ਜਿਸ ਨੂੰ ਲੈ ਕੇ ਲਗਾਤਾਰ ਸੈਂਟਰਲ ਡਿਵੀਜ਼ਨ ਇਹਦੇ ਵਿੱਚ ਕੰਮ ਕਰ ਰਹੀ ਸੀ। ਸੈਕਟਰ 17 ਥਾਣੇ ਦੀ ਅਸੀਂ ਗੱਲ ਕਰ ਲਈਏ, ਸੈਕਟਰ 3 ਥਾਣੇ ਦੀ ਜੇ ਗੱਲ ਕਰ ਲਈਏ, ਲਗਾਤਾਰ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਕਿ ਪੂਰਾ ਵੈਰੀਫਾਈ ਕਰਨ ਤੋਂ ਬਾਅਦ ਹੀ ਆਪਣਾ ਪੈਸਾ, ਜਿੱਥੇ ਵੀ ਤੁਸੀਂ ਜਾਣਾ ਹੈ, ਕਿੱਥੇ ਵੀ ਤੁਸੀਂ ਕੰਸਲਟ ਕਰਨਾ ਹੈ, ਉਹ ਤੁਸੀਂ ਧਿਆਨ ਨਾਲ ਵੈਰੀਫਾਈ ਕਰਕੇ ਹੀ ਕਰੋ। ਹਾਲਾਂਕਿ ਇਸ ਪੂਰੇ ਮਾਮਲੇ 'ਚ ਹੁਣ 2 ਦੀ ਗ੍ਰਿਫਤਾਰੀ ਹੋਈ ਹੈ, ਉਹਨਾਂ ਤੋਂ ਪੁੱਛਗਿੱਛ 'ਚ ਕਈ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੀ ਮੋਡਸ ਆਪਰੈਂਡੀ ਹੁੰਦੀ ਸੀ, ਕਿਸ ਤਰ੍ਹਾਂ ਦੀ ਉਹਨਾਂ ਨੇ ਠੱਗੀ ਕਰਦੇ ਸੀ, ਸਾਰੀ ਚੀਜ਼ਾਂ ਨੂੰ ਕੌਣ ਇਨਵੋਲਵਮੈਂਟ ਹੈਗੀ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ। ਗੁਰਮੁਖ ਸਾਹਿਬ, ਕਿਉਂਕਿ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀਗਾ, ਉਹਦੇ ਵਿੱਚ ਤੁਸੀਂ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੇ ਸੀਗੇ, ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ, ਕਿੰਨੇ ਲੋਕ ਇਹਦੇ ਵਿੱਚ ਕਾਬੂ ਕੀਤੇ? ਇਸ ਤਰ੍ਹਾਂ ਜੀ, ਅਸੀਂ ਮਾਨਯੋਗ DGP SSP ਸਾਹਿਬ ਮੈਡਮ ਦੇ ਹੁਕਮ ਅਨੁਸਾਰ ਕਾਫੀ ਦਿਨਾਂ ਤੋਂ ਜਿਹੜਾ ਇਮੀਗ੍ਰੇਸ਼ਨ ਦੀ ਇੱਥੇ ਕੰਪਨੀਆਂ ਚੱਲ ਰਹੀਆਂ, ਸੈਕਟਰ 17, 22 ਅਤੇ ਹੋਰ ਸੈਕਟਰਾਂ 'ਚ ਦੇ ਵਿੱਚ ਵੀ, ਉਹਦੇ ਜਿੰਨਾ ਕਾਫੀ ਕੰਪਲੇਂਟਾਂ ਆ ਰਹੀ ਸੀਗੀਆਂ, ਉਹਦੇ ਸੰਬੰਧ ਵਿੱਚ ਅਸੀਂ ਅਲੱਗ ਅਲੱਗ ਕੰਪਨੀ ਦੇ ਜਿੰਨੇ ਵੀ ਇਹਨਾਂ ਨੇ ਠੱਗੀ ਠੋਰੀ ਕੀਤੀ ਸੀ ਪਰਚੇ ਦਰਜ ਕੀਤੇ ਹੋਏ ਆ। ਲਗਭਗ ਸਾਡੇ 17 ਚੋਂ 50 ਪਰਚੇ ਆ, ਸੈਕਟਰ 3 'ਚ ਵੀ ਇਸੇ ਤਰ੍ਹਾਂ 25-30 ਪਰਚੇ ਹੈਗੇ ਆ, ਅਤੇ ਇਸ ਨੂੰ ਅਸੀਂ ਸਪੈਸ਼ਲ ਅਭਿਆਨ ਇੱਕ ਚਲਾਇਆ ਹੋਇਆ, ਅਤੇ ਸਾਰੇ ਬੰਦਿਆਂ ਨੂੰ ਅਸੀਂ ਅਰੈਸਟ ਕਰ ਰਹੇ ਹਾਂ। ਇਸੇ ਕਾਮਯਾਬੀ ਸਾਨੂੰ ਜਿਹੜੀ ਮਿਲੀ ਹੈ, ਕੱਲ੍ਹ ਅਸੀਂ 2 ਬੰਦੇ ਜਿਹੜੇ ਮਾਈ ਇਮੀਗ੍ਰੇਸ਼ਨ ਕੰਪਨੀ ਦੇ ਸੀਗੇ, ਅਮਿਤ ਸ਼ਰਮਾ ਇੱਕ, ਅਮਿਤ ਅਰੋੜਾ ਅਤੇ ਦੂਜਾ ਹੈ ਵਿਕਾਸ ਸ਼ਰਮਾ, ਇਹ ਦੋਨੇ ਪਾਰਟਨਰ ਹੈਗੇ ਆ। ਇਹ ਕਾਫੀ ਸਾਲਾਂ ਤੋਂ ਇੱਥੇ ਸੈਕਟਰ 17 ਦੇ ਵਿੱਚ ਆ, ਮਾਈ ਇਮੀਗ੍ਰੇਸ਼ਨ ਦੇ ਨਾਂ 'ਤੇ ਜਿਹੜਾ ਇਮੀਗ੍ਰੇਸ਼ਨ ਕੰਪਨੀ ਚਲਾ ਰਹੇ ਸੀਗੇ, ਅਤੇ ਲਗਭਗ ਇਹਨਾਂ ਦੇ ਖਿਲਾਫ਼ 5 ਕੇਸ ਰਜਿਸਟਰ ਹੋ ਚੁੱਕੇ ਸੀਗੇ, ਜੋ ਕੁੱਲ ਮਿਲਾ ਕੇ
5-6 crore ਦਾ ਜਿਹੜਾ ਇਹਨਾਂ ਨੇ ਜਿਹੜੀ ਮੈਜਰਮੈਂਟ ਕੀਤੀ ਹੈ, ਅਲੱਗ ਅਲੱਗ ਜਿਹੜੇ ਭੋਲੇ ਭਾਲੇ ਲੋਕ ਸੀਗੇ ਪਿੰਡਾਂ ਦੇ ਵਿੱਚ, ਪੰਜਾਬ ਦੇ, ਹਰਿਆਣੇ ਦੇ, ਹੋਰ ਸਟੇਟਾਂ ਦੇ ਵੀ, ਉਹਨਾਂ ਨੇ ਇਹਨਾਂ ਨੇ ਠੱਗੀ ਮਾਰੀ ਹੈ ਅਤੇ ਇਹਨਾਂ ਦੇ ਨਾਲ ਚੀਟਿੰਗ ਵੀ ਕੀਤੀ ਹੈ, ਫੋਰਜ ਡਾਕੂਮੈਂਟ ਵੀ ਬਣਾ ਕੇ ਵੀ ਉਹਨਾਂ ਦੇ ਨਾਲ ਧੋਖਾ ਕੀਤਾ ਹੈ ਅਤੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਕੱਲ੍ਹ ਅਸੀਂ ਅਦਾਲਤ ਦੇ ਵਿੱਚ ਪੇਸ਼ ਕੀਤਾ, 2 ਦਿਨ ਦੇ ਰਿਮਾਂਡ 'ਤੇ 33 ਹਜ਼ਾਰ ਦੀ ਸਜ਼ਾ। ਅਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਏ ਕਿੰਨੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੋਣਾ ਜੇ ਆਪਾਂ ਗੱਲ ਕਰੀਏ? ਕਿਤੇ ਲਗਭਗ 50 ਬੰਦੇ ਹੈਗੇ ਆ ਜਿਹੜੇ 45-50 ਦੇ ਵਿੱਚ ਸਾਡੇ ਕੋਲ ਕੰਪਲੇਂਟਾਂ ਆਈਆਂ ਸੀਗੀਆਂ, ਅਸੀਂ ਉਹਨਾਂ ਦੀ ਸਾਰਿਆਂ ਦੇ ਪਰਚੇ ਦਰਜ ਕੀਤੇ ਹਾਂ, ਸਾਰਿਆਂ ਦੇ ਸਟੇਟਮੈਂਟਾਂ ਲਿਖੀਆਂ ਕੀਤੀਆਂ। ਇਹ ਭਗੌੜੇ ਹੋਏ ਸੀ ਕਾਫੀ ਦਿਨਾਂ ਤੋਂ ਸਾਡੇ, ਅਸੀਂ ਸਾਡੀ ਜੁਆਇੰਟ ਟੀਮ ਸੀਗੀ, ਸਾਡੀ DCC ਦੀ ਟੀਮ ਅਤੇ ਸਾਡੇ ਥਾਣੇ ਦੀ ਟੀਮ ਨੇ ਇਕੱਠੇ ਮਿਲ ਕੇ ਜਿਹੜੇ ਅਸੀਂ ਇਹਨਾਂ ਦੇ ਪਿੱਛੇ ਲੱਗੇ ਹੋਏ ਸੀਗੇ। ਸਾਨੂੰ ਪਰਸੋਂ ਰਾਤ ਨੂੰ ਕਾਮਯਾਬੀ ਮਿਲੀ, ਅਸੀਂ ਇਹਨਾਂ ਨੂੰ ਦਿੱਲੀ ਤੋਂ ਅਰੈਸਟ ਕੀਤਾ ਹੈਗਾ ਅਤੇ ਲਿਆ ਕੇ ਅਸੀਂ ਪੁੱਛਗਿੱਛ ਕਰ ਰਹੇ ਹਾਂ। ਕੋਈ ਰਿਕਵਰੀ ਵਗੈਰਾ ਹੋਈ ਹਜੇ ਤੱਕ? ਦੇਖੋ ਹਲੇ ਪੈਸੇ ਦੀ ਕੋਈ ਰਿਕਵਰੀ ਤਾਂ ਨਹੀਂ ਹੋਈ ਕਿਉਂਕਿ ਅਸੀਂ ਇਹਨਾਂ ਦੇ ਅਕਾਊਂਟਸ ਵਗੈਰਾ ਡਿਟੇਲ ਵਗੈਰਾ ਸਾਰੀਆਂ ਲੈ ਰਹੇ ਹਾਂ, ਇਹਨਾਂ ਦੀ ਕਾਲ ਡਿਟੇਲ ਵੀ ਲੈ ਰਹੇ ਹਾਂ ਅਤੇ ਇਹਨਾਂ ਦੀ ਜੋ ਗੱਡੀਆਂ ਸੀਗੀ ਵਹੀਕਲ ਹੈਗੀਆਂ ਉਹਨਾਂ ਨੂੰ ਗੱਡੀ ਸੀਜ਼ ਕੀਤੀ ਹੈ ਅਤੇ ਹੋਰ ਵੀ ਜੋ ਇਹਨਾਂ ਕੋਲ ਪ੍ਰੋਪਰਟੀ ਬਣਾਈ ਹੈ ਉਹਨਾਂ ਦਾ ਵੀ ਅਸੀਂ ਐਨਾਲਿਸਿਸ ਕਰ ਰਹੇ ਹਾਂ। ਕੋਈ ਪਾਸਪੋਰਟ ਵਗੈਰਾ ਵੀ ਫੇਕ ਵਗੈਰਾ ਬਣਾਉਂਦੇ ਸੀ, ਇਸ ਤਰ੍ਹਾਂ ਦੀ ਕੋਈ ਗੱਲਬਾਤ ਸਾਹਮਣੇ ਆਈ ਹੈ? ਅਸੀਂ ਇੱਥੇ ਦਫ਼ਤਰ ਤੋਂ ਅੱਜ ਰੇਡ ਕਰ ਰਹੇ ਹਾਂ, ਸਾਡੀ ਟੀਮ ਗਈ ਹੋਈ ਹੈ, ਉਹ ਮੈਂ ਬਾਅਦ 'ਚ ਦੱਸ ਪਾਵਾਂਗਾ ਕੀ ਹੈਗਾ ਕੀ ਨਹੀਂ ਮਿਲਿਆ। ਬਾਕੀ ਜੋ ਵੀ ਹੋਏਗਾ ਸਾਰਾ ਅਸੀਂ ਡਿਟੇਲ ਦੇ ਵਿੱਚ ਸਾਰੀ ਇਨਕੁਆਇਰੀ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੱਢਾਂਗੇ। ਤੇ ਬਿਲਕੁਲ ਜਿੱਦਾਂ ਸਰ ਨੇ ਦੱਸਿਆ ਕਿ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਸੀ, ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਦਿੱਲੀ ਤੋਂ ਇਹਨਾਂ ਨੂੰ ਕਾਬੂ ਕੀਤਾ, ਔਰ ਪਿਛਲੇ ਕਈ ਦਿਨਾਂ ਤੋਂ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਸਾਹਮਣੇ ਆ ਰਹੇ ਸੀ ਜਿਸ ਨੂੰ ਲੈ ਕੇ ਲਗਾਤਾਰ ਸੈਂਟਰਲ ਡਿਵੀਜ਼ਨ ਇਹਦੇ ਵਿੱਚ ਕੰਮ ਕਰ ਰਹੀ ਸੀ, ਸੈਕਟਰ 17 ਥਾਣੇ ਦੀ ਅਸੀਂ ਗੱਲ ਕਰ ਲਈਏ, ਸੈਕਟਰ 3 ਥਾਣੇ ਦੀ ਜੇ ਗੱਲ ਕਰ ਲਈਏ, ਲਗਾਤਾਰ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਕਿ ਪੂਰਾ ਵੈਰੀਫਾਈ ਕਰਨ ਤੋਂ ਬਾਅਦ ਹੀ ਆਪਣਾ ਪੈਸਾ ਜਿੱਥੇ ਵੀ ਤੁਸੀਂ ਜਾਣਾ ਹੈ, ਕਿੱਥੇ ਵੀ ਤੁਸੀਂ ਕੰਸਲਟ ਕਰਨਾ ਹੈ, ਉਹ ਤੁਸੀਂ ਧਿਆਨ ਨਾਲ ਵੈਰੀਫਾਈ ਕਰਕੇ ਹੀ ਕਰੋ। ਹਾਲਾਂਕਿ ਇਸ ਪੂਰੇ ਮਾਮਲੇ 'ਚ ਹੁਣ 2 ਦੀ ਗ੍ਰਿਫਤਾਰੀ ਹੋਈ ਹੈ, ਉਹਨਾਂ ਤੋਂ ਪੁੱਛਗਿੱਛ 'ਚ ਕਈ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੀ ਮੋਡਸ ਆਪਰੈਂਡੀ ਹੁੰਦੀ ਸੀ, ਕਿਸ ਤਰ੍ਹਾਂ ਦੀ ਉਹਨਾਂ ਨੇ ਠੱਗੀ ਕਰਦੇ ਸੀ, ਸਾਰੀ ਚੀਜ਼ਾਂ ਨੂੰ ਕੌਣ ਕੌਣ ਇਨਵੋਲਵਮੈਂਟ ਹੈਗੀ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ।